ਤੋਂ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਦੀ ਉਡੀਕ ਕਰ ਰਹੀ ਸਿੱਖ ਸੰਗਤਾਂ ਲਈ ਖੁਸ਼ਖਬਰੀ ਹੈ। ਦਰਅਸਲ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਬੀਤੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਤੇ ਕੰਮ ਕਰ ਰਿਹਾ ਹੈ ਤਾਂ ਜੋ ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਮਨਾਉਣ ਲਈ ਕਰਤਾਰਪੁਰ ਸਾਹਿਬ ਆ ਸਕਣ। ਸੂਤਰਾਂ ਅਨੁਸਾਰ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਸਾਥੀ ਮੰਤਰੀਆਂ ਤੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਲਿਆ ਹੈ ਅਤੇ ਜਲਦ ਹੀ ਇਸ ਸੰਬੰਧੀ ਅਧਿਕਾਰਿਕ ਫੈਸਲਾ ਹੋ ਜਾਵੇਗਾ। ਉੱਥੇ ਹੀ ਪਾਕਿਸਤਾਨ ਸਰਕਾਰ ਦੇ ਐਲਾਨ ਤੋਂ ਬਾਅਦ ਭਾਰਤ ਦੀ ਮੋਦੀ ਸਰਕਾਰ ਬੇਹੱਦ ਮੁਸ਼ਕਿਲ ਵਿੱਚ ਫਸ ਸਕਦੀ ਹੈ ਕਿਉਂਕਿ ਭਾਰਤੀ ਏਜੰਸੀਆਂ ਇਸ ਲਾਂਘੇ ਦੇ ਖੁੱਲ੍ਹਣ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਸਹੀ ਨਹੀਂ ਮੰਨਦੀਆਂ। ਉਧਰੋਂ ਅਗਲੇ ਵਰ੍ਹੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਭਾਜਪਾ ਉੱਪਰ ਬੇਹੱਦ ਦਬਾਅ ਹੋਵੇਗਾ। ਪਿਛਲੇ ਦਿਨੀ ਸਿੱਧੂ ਦੀ ਜੱਫੀ ਤੇ ਹੋਈ ਸਿਆਸਤ ਨਾਲ ਜੋ ਮਾਮਲਾ ਗਰਮਾਇਆ ਰਿਹਾ ਸੀ ਉਸ ਵਿੱਚ ਆਮ ਲੋਕਾਂ ਨੇ ਸਿੱਧੂ ਦਾ ਹੀ ਪੱਖ ਪੂਰਿਆ ਸੀ ਤੇ ਹੁਣ ਸਿੱਖ ਸੰਗਤਾਂ ਵੀ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਦੀ ਚਰਚਾ ਨੂੰ ਦੇਖਦਿਆਂ ਸਿੱਧੂ ਨੂੰ ਹੀ ਸਿਹਰਾ ਦੇ ਰਹੀਆਂ ਹਨ ਤੇ ਨਾਲ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ। ਜੋ ਵਿਛੜੇ ਹੋਏ ਗੁਰਧਾਮ ਹੈ ਉਨ੍ਹਾਂ ਖੁੱਲ੍ਹਾ ਦਰਸ਼ਨ ਦੀਦਾਰ ਤੇ ਮੇਰੇ ਮਾਤਾ ਪਿਤਾ ਕੀ ਤਰ੍ਹਾਂ ਕਰੋੜੋਂ ਐਸੇ ਪੰਜਾਬੀਅਤ ਔਰ ਨਾਨਕ ਨਾਮ ਲੇਵਾ ਗੁਰਸਿੱਖ ਹੈ ਜੋ ਇਹ ਚਾਹਤੇ ਥੇ ਉਨ ਸਭ ਕੀ ਆਜ ਅਰਦਾਸ ਕਬੂਲ ਹੋਈ ਹੈ। ਮੇਰੇ ਇੱਕ ਇੱਕ ਰੋਮ ਕੇ ਅਗਰ ਕਰੋੜ ਕਰੋੜ ਜ਼ਬਾਨ ਲਗੇ ਤੋ ਵੀ ਮੈਂ ਆਪਣੇ ਦੋਸਤ ਪਾਕਿਸਤਾਨ ਕੇ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਕਾ ਧੰਨਵਾਦ ਨਹੀਂ ਕਰ ਪਾਊਂਗਾ ਕਿਉਂਕਿ ਇਹ ਸ਼ਬਦੋਂ ਮੇਂ ਬਿਆਨ ਹੋ ਹੀ ਨਹੀਂ ਸਕਤਾ। ਤੇ ਭਾਰਤ ਦੀ ਕੇਂਦਰ ਸਰਕਾਰ ਨੂੰ ਵੀ ਇਸ ਉੱਪਰ ਜਲਦੀ ਫੈਸਲਾ ਲੈਣ ਦੀ ਅਪੀਲ ਕੀਤੀ। If you like our channel, please subscribe and to get notifications about news, please click the bell icon.